ਗੋਪੀ ਹੋਣਾ ਇਸ ਵੇਲੇ ਹੋਰ ਕਿੰਨੇ ਆਉਣਾ। ਚੱਲ ਖੋਲਦੀ ਹਾਂ ਗੇਟ। ਤੂੰ ਕੰਜਰਾ! ਮੈਂ ਆ ਮੇਰੇ ਸਾਲੇ ਦੀ ਜੱਲਾ। ਬਾਹਰ ਨਿਕਲ ਜਾ, ਚੁੱਪ ਕਰਕੇ ਇੱਥੋਂ। ਬਾਹਰ ਨਹੀਂ ਮੈਂ ਜਾਣਾ ਹੈਗਾ। ਚੱਲ ਨਿਕਲ ਇੱਥੋਂ, ਬਾਹਰ ਨਿਕਲ ਤੋਂ ਮਰ ਜਾਣਾ ਤੇਰਾ ਬੇੜਾ। ਉਹ ਗੇਟ ਖੋਲ ਦੇ। ਆਏ ਕਿਵੇਂ? ਗੇਟ ਖੋਲ ਦੇ। ਗੋਪੀ ਨੂੰ ਫੋਨ ਕਰਦੀ ਆ। ਜੇ ਗੋਪੀ ਨੂੰ ਫੋਨ ਕੀਤਾ ਉਹਦੇ ਘਰ ਵਾਲੀ ਵੀ ਕੀ ਸੋਚੇਗੀ। ਪਰ ਹੁਣ ਕੋਈ ਹੋਰ ਚਾਰਾ ਵੀ ਨਹੀਂ। ਖੋਲ ਦੇ ਗੇਟ। ਹਾਂਜੀ, ਕਿਹਦਾ ਫੋਨ ਆ ਰਿਹਾ ਵਾਰ ਵਾਰ? ਤੁਸੀਂ ਬਾਹਰ ਆਓ, ਤੁਹਾਨੂੰ ਫਿਰ ਦੱਸਦੀ ਹਾਂ ਕਿਹਦਾ ਫੋਨ ਆ ਰਿਹਾ। ਚੱਲ ਠੀਕ ਆ ਰਿਹਾ। ਦਿਖਾ ਨਿੰਮੋ ਭਾਬੀ ਦਾ ਫੋਨ। ਇਹਦਾ ਰਾਤ ਨੂੰ ਕਿਉਂ ਫੋਨ ਆ ਰਿਹਾ? ਚੱਲ ਛੱਡ ਯਾਰ, ਆਪਾਂ ਕੀ ਲੈਣਾ। ਛੱਡ ਕਿਉਂ? ਮੈਨੂੰ ਇਹ ਦੱਸੋ ਫੋਨ ਇਸ ਟਾਈਮ ਕਿਉਂ ਆ ਰਿਹਾ ਗਾ? ਉਹ ਯਾਰ ਵੈਸੇ ਹੀ ਕਰਦੀ ਹੋਣੀ, ਮੈਨੂੰ ਕੀ ਪਤਾ ਕਿਉਂ ਕਰ ਰਹੀ ਹੈ। ਵੈਸੇ ਇਸ ਵੇਲੇ ਟਾਈਮ ਲੱਗਾ ਸੀ ਫੋਨ ਕਰਨ ਦਾ। ਸੁੱਖ, ਮੈਨੂੰ ਤੇਰੀ ਸਮਝ ਨਹੀਂ ਆ ਰਹੀ। ਤੈਨੂੰ ਹੋ ਕੀ ਗਿਆ ਯਾਰ ਤੂੰ? ਮੈਨੂੰ ਨਾ ਤੁਹਾਡੀ ਸਮਝ ਨਹੀਂ ਆ ਰਹੀ, ਮੈਨੂੰ ਸਹੀ ਸਹੀ ਦੱਸੋ ਗੱਲ ਕੀ ਆ। ਫੋਨ ਚੁੱਕੋ। ਮੈਂ ਕਿਹਾ ਫੋਨ ਚੁੱਕੋ, ਸਪੀਕਰ ਤੇ ਲਾਓ ਫੋਨ। ਹੈਲੋ। ਹੈਲੋ ਗੋਪੀ। ਹਾਂ ਗੋਪੀ। ਹਾਂ ਭਾਬੀ। ਜਲਦੀ ਘਰੇ ਆ ਜਾ। ਕੀ ਹੋਇਆ ਭਾਬੀ? ਗੋਪੀ ਜੈਨਾ ਸ਼ਰਾਬੀ ਹੋਇਆ, ਕੰਧ ਟੱਪ ਕੇ ਆਉਂਦਾ ਮੈਨੂੰ ਮਾਰਨ ਵਾਸਤੇ। ਠੀਕ ਹੈ ਠੀਕ ਹੈ, ਆ ਰਿਹਾ ਭਾਬੀ ਆ ਰਿਹਾ। ਗੋਪੀ ਛੇਤੀ ਆ ਜਾ। ਆ ਗਿਆ। ਮੈਨੂੰ ਲੱਗਦਾ ਕੋਈ ਸ਼ਰਾਬੀ ਨਾ ਨਿੰਮੋ ਭਾਬੀ ਦੇ ਘਰ ਵੜ ਗਿਆ, ਮੈਨੂੰ ਜਾਣਾ ਪੈਣਾ। ਖੋਲਦੀ ਹੈ ਕਿ ਨਹੀਂ ਗੇਟ? ਮੇਰੇ ਸਾਲੇ ਦੀ ਨਹੀਂ, ਫਿਰ ਮੈਂ ਨਾ ਕੰਧ ਟੱਪ ਕੇ ਆ ਗਿਆ। ਤੂੰ ਸੌਂ ਜਾ, ਮੈਂ ਵੀ ਚੱਲਦੀ ਹਾਂ ਨਾਲ। ਸੁੱਖ ਤੂੰ ਉੱਥੇ ਕੀ ਕਰੇਗੀ? ਮੈਂ ਇਕੱਲਾ ਜਾ ਕੇ ਦੇਖਦਾ ਕੌਣ। ਮੈਨੂੰ ਨਹੀਂ ਪਤਾ, ਮੈਂ ਵੀ ਨਾਲ ਜਾਊਂਗੀ, ਮੈਂ ਤੁਹਾਨੂੰ ਇਕੱਲੇ ਨੂੰ ਭੇਜਣਾ। ਸੁੱਖ ਸਮਝਿਆ ਕਰ ਯਾਰ, ਤਾਂ ਹੀ ਕਹਿ ਰਹੀ ਤੁਹਾਨੂੰ ਇਕੱਲੇ ਨੂੰ ਭੇਜਣਾ, ਨਾਲ ਜਾਊਂਗੀ ਮੈਂ ਤਾਂ। ਮੈਨੂੰ ਪਤਾ ਤੂੰ ਮੇਰੇ ਤੇ ਸ਼ੱਕ ਕਰ ਰਹੀ ਹੈ, ਚੱਲ ਮੇਰੇ ਨਾਲ। ਕੀ ਹੋਇਆ ਭਾਬੀ? ਜਲਿਆ ਤੂੰ ਇੱਥੇ ਹੀ ਕਰਦਾ? ਓ ਬਈ ਇਹ ਸਾਡੇ ਘਰ ਦਾ ਮਾਮਲਾ, ਤੂੰ ਸਾਡੇ ਵਿੱਚ ਦਖਲ ਅੰਦਾਜ਼ੀ। ਗੋਪੀ ਕੰਧ ਟੱਪ ਕੇ ਆਇਆ। ਚੱਲ ਮਾਰ ਛੱਡੀ ਨਾ ਇਹਨੂੰ। ਸੋਹਣਾ ਵੱਡਿਆ ਸਰਦਾਰਾ, ਮੈਂ ਜਾਣਦਾ ਤੈਨੂੰ। ਗੋਪੀ ਫੜ ਲੈ ਇਹਨੂੰ, ਇਹਦੇ ਦੋ ਮੋਰ ਪੂਥੜੇ ਤੇ। ਜਲਿਆ ਬਾਹਰ ਭੱਗ ਜਾ ਘਰੋਂ। ਮੇਰਾ ਘਰ ਹੈ ਯਾਰ, ਮੈਂ ਨਹੀਂ ਜਾਣਾ। ਮੇਰੇ ਤੋਂ ਬੁਰਾ ਨੀ ਕੋਈ ਵੀ। ਕੀ ਲੱਗਦਾ ਤੂੰ ਕਰਦਾ? ਚੱਲ ਸਤਿ ਸ੍ਰੀ ਅਕਾਲ ਭਾਬੀ। ਮੇਰੀ ਜੂਨ ਖਰਾਬ ਹੈ ਭਾਬੀ। ਹੌਸਲਾ ਰੱਖ, ਅਸੀਂ ਤੇਰੇ ਨਾਲ ਖੜੇ ਆ ਨਾ। ਮੈਨੂੰ ਤਾਂ ਹੁਣ ਦਿਨ ਕੱਟਣੇ ਵੀ ਔਖੇ ਹੋ ਗਏ ਨੇ। ਚੱਲ ਭਾਬੀ ਨੂੰ ਅੰਦਰ ਛੱਡ ਕੇ ਆ। ਚੁੱਪ ਕਰ, ਅਸੀਂ ਆ ਗਏ ਨਾ ਭਾਬੀ। ਅੰਦਰ ਚੱਲੀਏ ਆਪਾਂ। ਅਸੀਂ ਨਾ ਸੁੱਤੇ ਪਏ ਸੀ ਤਾਂ ਕਰਕੇ ਤੇਰਾ ਫੋਨ ਨਹੀਂ ਚੱਕ ਸਕੇ। ਮੈਂ ਲਾਉਂਦੀ ਨਹੀਂ ਸੀ ਫੋਨ, ਪਰ ਮੈਨੂੰ ਲਾਉਣਾ ਪਿਆ, ਕੰਧ ਟੱਪ ਕੇ ਆ ਗਿਆ, ਮਰ ਜਾਣਾ। ਚੱਲ ਕੋਈ ਨਾ, ਜਾ ਸੁੱਖ ਛੱਡ ਕੇ ਆ। ਭੈਣੇ ਮੈਨੂੰ ਮਾਫ ਕਰੀ ਸੁੱਖ, ਮੈਂ ਅੱਧੀ ਰਾਤ ਤੁਹਾਨੂੰ ਵੀ ਤੰਗ ਕੀਤਾ। ਦੀਦੀ ਦੀਦੀ ਆ ਜਾ ਸੁੱਖ।
ਸਤਿ ਸ੍ਰੀ ਅਕਾਲ ਦੀਦੀ। ਸਤਿ ਸ੍ਰੀ ਅਕਾਲ, ਹੋਰ ਠੀਕ ਹੈ? ਹਾਂਜੀ ਵਧੀਆ, ਤੁਸੀਂ ਦੱਸੋ ਠੀਕ ਹੋ? ਹਾਂ ਠੀਕ ਆ, ਬਹਿ ਜਾ। ਹੋਰ ਕੀ ਕਰੀ ਜਾਂਦੇ ਸੀ? ਕੁਛ ਨਹੀਂ, ਬਸ ਐਂ ਟੈਨਸ਼ਨ ਜੀ ਜੀ। ਸੁੱਖ ਚੰਗਾ ਹੋਇਆ ਤੂੰ ਆ ਗਈ ਹੈ, ਮੇਰੇ ਤਾਂ ਨਾ ਜੀ ਜਿਹਾ ਨਹੀਂ ਲੱਗਦਾ ਸੀ ਪਿਆ। ਰਾਤ ਦੀਆਂ ਗੱਲਾਂ ਸੋਚ ਕੇ ਨਾ ਬਸ ਐਂ ਦਿਮਾਗ 'ਤੇ ਨਾ ਟੈਨਸ਼ਨ ਜੀ ਹੋਈ ਪਈ ਹੈ। ਜੇ ਤੁਸੀਂ ਨਾ ਨਾ ਆਉਂਦੇ ਰਾਤ ਨੂੰ ਤਾਂ ਮੇਰੇ ਨਾਲ ਪਤਾ ਨਹੀਂ ਕੀ ਬਣਦਾ, ਮੇਰੇ 'ਤੇ ਕਲੰਕ ਲੱਗ ਜਾਣਾ ਸੀ। ਹਾਂ ਉਹ ਤਾਂ ਗੱਲ ਤੁਹਾਡੀ ਸਹੀ ਆ, ਅਸੀਂ ਦੇਖ ਹੀ ਲਿਆ ਸੀ। ਚੱਲ ਤੁਸੀਂ ਪਰਵਾਹ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ, ਜੇ ਕਿਸੇ ਗੱਲ ਦੀ ਲੋੜ ਹੋਈ ਨਾ ਤਾਂ ਸਾਨੂੰ ਜ਼ਰੂਰ ਦੱਸਿਓ। ਨਹੀਂ ਸੁੱਖ, ਜ਼ਰੂਰ ਦੱਸਾਂਗੇ। ਨਾਲੇ ਦੀਦੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹੈਂ, ਕੀ ਗੱਲ ਕਰਨੀ ਸੀ? ਮੈਂ ਨਾ ਤੁਹਾਡੇ ਬਾਰੇ ਅਤੇ ਗੋਪੀ ਬਾਰੇ ਗਲਤ ਸਮਝ ਬੈਠੀ, ਮੈਨੂੰ ਮਾਫ਼ ਕਰ ਦਿਓ ਹੋ ਸਕੇ ਤਾਂ। ਹਾਏ ਹਾਏ, ਇਹਦੇ ਵਿੱਚ ਤੇਰਾ ਕਸੂਰ ਨਹੀਂ, ਮੈਂ ਫੋਨ ਹੀ ਇੰਨੇ ਕੁ ਕੀਤੇ ਸਨ, ਹੈ ਨਾ? ਅਤੇ ਬੰਦੇ ਦੇ ਦਿਮਾਗ 'ਚ ਫਿਰ ਸ਼ੱਕ ਤਾਂ ਆ ਹੀ ਜਾਂਦੀ ਹੈ ਨਾ। ਪਰ ਮੈਂ ਵੀ ਕੀ ਕਰਦੀ, ਮੇਰੀ ਵੀ ਮਜਬੂਰੀ ਸੀ, ਮਰ ਜਾਣਾ। ਜੇਠ ਲੱਗਦਾ ਪਰ ਜੇਠ ਬਣ ਕੇ ਰਹਿੰਦਾ ਨਹੀਂ। ਦਾਰੂ ਪੀਤੀ ਇੰਨਾ, ਇੱਥੇ ਨੇ ਖੌਰੂ ਪਾਇਆ ਨਾ, ਮਰਨੇ ਦੇ ਲੱਛਣ ਨਹੀਂ ਠੀਕ। ਮੈਂ ਤਾਂ ਇੱਜ਼ਤ ਕਰਦੀ ਹਾਂ ਅਤੇ ਆਪ ਇੱਜ਼ਤਾਂ ਨੂੰ ਤੱਕਦਾ। ਚੱਲ ਕੋਈ ਗੱਲ ਨਹੀਂ ਦੀਦੀ, ਹੁਣ ਪਰਵਾਹ ਨਾ ਕਰੋ ਕਿਸੇ ਗੱਲ ਦੀ, ਟੈਨਸ਼ਨ ਨਾ ਲਿਆ ਕਰੋ। ਚੰਗਾ ਫਿਰ ਮੈਂ ਚੱਲਦੀ ਹਾਂ ਨਾਲੇ ਹੁਣ। ਬਹਿ ਜਾ, ਹੁਣ ਤਾਂ ਆਈ ਹੈ ਤੂੰ, ਜੇ ਮੈਂ ਚਾਹ ਬਣਾ ਕੇ ਲਿਆਉਂਦੀ। ਘਰੇ ਕੰਮ ਪਏ ਬਹੁਤ ਕਰਨ ਵਾਲੇ। ਕੰਮ ਤਾਂ ਆਪਣੇ ਸਾਰੇ ਦਿਨ ਹੀ ਨਹੀਂ ਮੁੱਕਦੇ, ਸਾਰਾ ਦਿਨ ਚੱਲ ਸੋ ਚੱਲ ਜਿਉਂ ਸਵੇਰ ਤੋਂ ਉੱਠੀ ਦਾ। ਆ ਨਾਲੇ ਇਕੱਲੀ ਜਾਣੀ ਆ, ਵੇਖ ਲੈ, ਫਿਰ ਵੀ ਸਾਰਾ ਦਿਨ ਕੰਮ ਨਹੀਂ ਮੁੱਕਦੇ, ਸਾਰਾ ਦਿਨ ਕਰਦੀ ਰਹਿੰਦੀ ਹਾਂ ਕੁਛ ਨਾ ਕੁਛ। ਉਹ ਤਾਂ ਗੱਲ ਸਹੀ ਹੈ ਤੁਹਾਡੀ, ਕੰਮ ਤਾਂ ਹੀ ਮੁੱਕਦੇ ਜੇ ਆਪ ਛੱਡ ਕੇ ਬਹਿ ਜਾਓ, ਨਹੀਂ ਤਾਂ ਕੰਮ ਹੀ ਨਹੀਂ ਮੁੱਕਦੇ। ਹੋਰ ਗੋਪੀ ਕੀ ਕਰਦਾ ਸੀ? ਗੋਪੀ ਬਸ ਕੰਮ ਗਿਆ ਹੋਇਆ ਸੀ ਕਿਤੇ। ਅੱਛਾ, ਹਾਂ ਮੈਂ ਫਿਰ ਆਊਂਗੀ ਕਿਤੇ ਟਾਈਮ ਕੱਢ ਕੇ ਨਾ, ਹੁਣ ਟਾਈਮ ਘੱਟ ਆ ਮੇਰੇ ਕੋਲ। ਠੀਕ ਆ, ਚੰਗਾ, ਤੇ ਤੁਸੀਂ ਵੀ ਚੱਕਰ ਚੁੱਕਰ ਮਾਰਦੇ ਰਹੋ। ਠੀਕ ਆ, ਮੈਂ ਆਵਾਂਗੀ। ਚੰਗਾ, ਵਜਾਨੀ ਮੈਂ। ਠੀਕ ਹੈ, ਆਉਂਦੀ ਰਿਹਾ ਕਰ, ਚੰਗਾ ਤੂੰ ਵੀ। ਮੇਰਾ ਵੀ ਜੀ ਜਿਹਾ ਲੱਗਿਆ ਰਹਿੰਦਾ ਤੁਹਾਡੇ ਨਾਲ। ਕੋਈ ਗੱਲ ਨਹੀਂ, ਪਰਵਾਹ ਨਾ ਕਰਿਆ ਕਰੋ ਕਿਸੇ ਗੱਲ ਦੀ। ਠੀਕ ਆ, ਚੰਗਾ, ਠੀਕ। ਹੁਣ ਇਹਨੂੰ ਭੋਲੇ ਪੰਛੀ ਨੂੰ ਵਿਚਾਰੀ ਨੂੰ ਕੀ ਪਤਾ ਹੈ? ਉਹ ਵੀ ਵਿਚਾਰਾ ਕਹਿੰਦਾ ਇੱਕ ਲੱਤ ਉੱਧਰ ਅਤੇ ਇੱਕ ਉੱਧਰ, ਕੀ ਕਰੇ ਉਹ ਵੀ? ਉਹਨੂੰ ਪੜਵੇ ਨੂੰ ਵੀ ਔਖਾ ਹੋ ਗਿਆ। ਹਜੇ ਤਾਂ ਸ਼ੁਕਰ ਹੈ ਵਿਚਾਰੀ ਦਾ ਇਹਦਾ ਦਿਮਾਗ ਨਹੀਂ ਉਸ ਪਾਸੇ ਲੱਗਦਾ, ਨਹੀਂ ਤਾਂ ਖੁਰੇ ਕੀ ਕੁੱਤਿਆ ਕਹਾਣੀ ਕਰੇ ਉਹਦੇ ਨਾਲ। ਚੱਲ ਰੱਬਾ, ਰੋੜੀ ਜਾ ਗੱਡੀ ਜਿੰਨਾ ਚਿਰ ਰੋੜਨੀ ਆ। ਜਿੱਦਣ ਤੇਰਾ ਜੀ ਕਰੇਗਾ ਗੱਡੀ ਖੜਾਉਣੀ ਆ, ਮੈਨੂੰ ਤਾਂ ਉੱਤੇ ਹੀ ਬੁਲਾ ਲਈ। ਮੈਨੂੰ ਨਾ ਛੱਡੀ ਇਸ ਦੁਨੀਆ 'ਤੇ ਰੱਬਾ, ਇਸ ਜ਼ਿੰਦਗੀ ਨਾਲ ਤਾਂ ਮੈਂ ਵੀ ਚੰਗੀ ਹਾਂ। ਠੀਕ ਹੈ ਰਮਨ, ਚੰਗਾ ਮਿਲਦੇ ਹਾਂ ਫਿਰ, ਮਾਰ ਲਿਆ ਕਰ ਗੇੜਾ ਚੰਗਾ। ਭਾਬੀ ਸਤਿ ਸ੍ਰੀ ਅਕਾਲ, ਕੀ ਸੋਚਾਂ 'ਚ ਪਈ ਆ ਤੂੰ? ਓਹੋ, ਮੇਰੀ ਸੁਰਤੀ ਕਿਤੇ ਹੋਰ ਹੀ ਪਹੁੰਚੀ ਸੀ। ਉਹ ਬਾਲਾ ਨਾ ਸੋਚਿਆ ਕਰ, ਚੰਗਾ ਹੋ ਗਿਆ ਤੂੰ ਆ ਗਿਆ, ਮੈਂ ਤੈਨੂੰ ਫੋਨ ਕਰਨਾ ਸੀ। ਉਹ ਮੈਂ ਤਾਂ ਸਵੇਰ ਦਾ ਕੋਈ ਕੰਮ ਗਿਆ ਸੀ ਆਪਣੇ ਦੋਸਤ ਨਾਲ, ਮੈਂ ਕਿਹਾ ਚੱਲ ਲੰਘਦਾ ਲੰਘਦਾ ਭਾਬੀ ਨੂੰ ਮਿਲ ਜਾ। ਕੱਲ੍ਹ ਨਾ ਸੁੱਖ ਆਈ ਸੀ। ਅੱਛਾ, ਦੱਸਦੀ ਸੀ ਰਾਤ ਮੈਨੂੰ, ਉਹ ਤੇਰੀਆਂ ਗੱਲਾਂ ਕਰਦੀ ਸੀ। ਵਿਚਾਰੀ ਇੰਨੀ ਚੰਗੀ ਹੈ ਨਾ, ਸੁਭਾਅ ਬਹੁਤ ਵਧੀਆ ਦਾ, ਕਿਸਮਤ ਵਾਲਾ ਤੂੰ ਜਿਹਨੂੰ ਇੰਨੀ ਵਧੀਆ ਜਨਾਨੀ ਮਿਲੀ ਹੈ। ਹਾਂ ਹਾਂ, ਉਹ ਤਾਂ ਪਤਾ ਹੀ ਹੈ ਮੈਨੂੰ। ਮੇਰੀ ਗੱਲ ਸੁਣ, ਮੈਂ ਇਹ ਕਹਿੰਦੀ ਹਾਂ ਵੀ ਮੈਂ ਤੈਨੂੰ ਇਹ ਵੀ ਨਹੀਂ ਕਹਿੰਦੀ ਵੀ ਤੂੰ ਘਰੇ ਨਾ ਆਇਆ ਕਰ, ਪਰ ਹੈ ਨਾ ਕਦੇ ਕਿਤੇ ਹੁਣ ਗੇੜਾ ਮਾਰਿਆ ਕਰ। ਭਾਬੀ ਮੈਂ ਸਮਝਿਆ ਨਹੀਂ ਕੀ ਕਹਿ ਰਹੀ ਹੈ ਤੂੰ? ਮੈਂ ਤੈਨੂੰ ਹੋਰ ਕੁਛ ਨਹੀਂ ਕਹਿੰਦੀ, ਮੈਂ ਕਹਿੰਦੀ ਹਾਂ ਵਿਚਾਰੀ ਦਾ ਨਾ ਇੰਨਾ ਸੁਭਾਅ ਚੰਗਾ, ਉਹਨੂੰ ਵਿਸ਼ਵਾਸ ਬਣਿਆ ਤੇਰੇ 'ਤੇ ਅਤੇ ਮੇਰੇ 'ਤੇ ਵੀ, ਅਤੇ ਇਹ ਨਾ ਹੋਵੇ ਕੱਲ੍ਹ ਘਲੋਣ ਨੂੰ ਕੋਈ ਉਹਨੂੰ ਪਤਾ ਲੱਗ ਜੇ ਕਿਸੇ ਗੱਲ ਦਾ, ਜਾਂ ਕੋਈ ਉਹਨੂੰ ਸ਼ੱਕ ਹੋ ਜੇ ਤਾਂ ਤੇਰਾ ਘਰ ਬਰਬਾਦ ਹੋ ਜੇ। ਉਹ ਭਾਬੀ, ਉਹ ਤਾਂ ਗੱਲ ਤੇਰੀ ਮੈਂ ਸਮਝਦਾ, ਪਰ ਮੇਰਾ ਤਾਂ ਦਿਲ ਨਹੀਂ ਲੱਗਦਾ ਹੁਣ ਤੇਰੇ ਬਿਨਾਂ। ਕੋਈ ਨਹੀਂ, ਮੈਂ ਦਿਲ ਲੱਗਣ ਨੂੰ ਕਿਹੜਾ ਕਿਤੇ ਚੱਲੀ ਹਾਂ। ਹੈਂ, ਚੱਲ। ਹਾਂ ਚੱਲ, ਠੀਕ ਹੈ, ਚੱਲ ਫਿਰ ਵੀ ਮੈਂ ਅੱਜ ਤੋਂ ਬਾਅਦ ਤੇਰੇ ਘਰ ਨਹੀਂ ਆਊਂਗਾ। ਚੰਗਾ, ਤੂੰ ਤਾਂ ਗੁੱਸੇ ਹੀ ਹੋ ਗਿਆ।
तू गल ही एवं दी करती हुण गुस्से ना होवां तां होर की होवां दस मैं तेरे बारे सोचदी हां मैं ते कल्ली गलापी हां मैं कड़ा तेरे बारे नहीं सोचदा दस भाभी की नहीं कीता तेरे लिए मैं दस हाए रब्बा एहो जी गल नहीं हैगी गोपी गल ते है वे मैं कहनी तेरा घर ना खराब होवे पर मैं चल कदे कदे आवांगा ठीक हां मजबूरी च कहना पिया दा मन भी दुखी हो गया बेचारे दा गोपी अज फिर निम्मू भाभी के घरों निकल आंदा यार ये बंदा वधिया मैनू लगता है सुने सत्त च भी गल्लां होंदियां सी किते पतंदरों भी ना बदनामी खट ले चल मैं गल करदा जी ओ किद्दां मित्रा वधिया दर्शन तू सुना ठीक है किधरों आया सी ओ बस कोई काम जिहा आया सी इधर काम आया सी सला तैनू निकलदे देखिया मैं किधरों आया तू ओ भाभी कोल आया सी भाभी कोल आया सी मेरी गल सुन यार तू ठीक है ਭਾਵੇਂ ਮੇਰੀ ਗੱਲ ਦਾ ਕਰੇ ਗੁੱਸਾ ਪਰ ਮੈਂ ਤੈਨੂੰ ਕਰੂੰਗਾ ਜਿਹੜੀ ਵੀ ਕਰਨੀ ਹੈ ਤੇਰੇ ਮੂੰਹ 'ਤੇ ਗੱਲ ਹਾਂ ਬਾਈ ਬੋਲ ਕੀ ਗੱਲ ਕਰਨੀ ਪਤਾ ਪਿੰਡ 'ਚ ਕੀ ਗੱਲਾਂ ਹੁੰਦੀਆਂ ਨੇ ਤੇਰੇ ਬਾਰੇ ਲੈ ਮੇਰੇ ਬਾਰੇ ਗੱਲਾਂ ਕੀ ਹੋਣੀਆਂ ਨੇ ਉਹ ਪਤੰਦਰਾ ਜਦੋਂ ਦੇਖੋ ਹੁਣ ਜੇ ਵਿਧਵਾ ਜਨਾਨੀ ਦੇ ਘਰ ਵਾਲੇ ਰਹੇਗਾ ਗੱਲਾਂ ਤਾਂ ਹੋਣਗੀਆਂ ਉਹ ਯਾਰ ਮੈਂ ਤਾਂ ਉਹਦੀ ਮਦਦ ਹੀ ਕੀਤੀ ਹੈ ਮੈਂ ਕੀ ਮਾੜਾ ਕੀਤਾ ਦੱਸ ਮਦਦ ਤਾਂ ਮੈਂ ਤੇਰੀ ਮੰਨਦਾ ਯਾਰ ਫਿਰ ਉਹ ਵੀ ਕਿਸੇ ਟਾਈਮ ਸਿਰ ਹੀ ਬੰਦਾ ਹੁੰਦਾ ਜਾਂਦਾ ਹੁੰਦਾ ਨਾਲੇ ਗੱਲ ਸੁਣ ਮੇਰੀ ਯਾਰ ਤੇਰੀ ਇੰਨੀ ਸੋਹਣੀ ਜਨਾਨੀ ਹੈ ਉੱਧਰ ਇੰਨੀ ਸਿਆਣੀ ਹੈ ਉਹ ਜੇ ਕੋਈ ਉਹਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਤਾਂ ਆਪਦਾ ਘਰ ਬਰਬਾਦ ਕਰਕੇ ਬਹਿ ਜਾਏਗਾ ਉਹ ਗੱਲ ਤਾਂ ਤੇਰੀ ਸਹੀ ਹੈ ਦਰਸ਼ਨ ਪਰ ਮੈਂ ਗਲਤ ਨਹੀਂ ਹੈਗਾ ਮੇਰੇ ਛੋਟੇ ਵੀਰ ਚੱਲ ਕੋਈ ਨਾ ਮੈਂ ਗੌਰ ਕਰਾਂਗਾ ਤੇਰੀ ਗੱਲ 'ਤੇ ਧਿਆਨ ਨਾਲ ਸੋਚੀ ਭਰਾਵਾ ਇਹ ਗੱਲ ਨੂੰ ਪਤਾ ਕਈ ਵਾਰੀ ਨਿੱਕੀ ਜਿਹੀ ਚੌੜ ਜਾਂ ਆਪਾਂ ਵੈਸੇ ਗੱਲ ਕਰਨ ਨਾ ਬਹੁਤ ਦੂਰ ਲੈ ਜਾਂਦੀ ਹੁੰਦੀਆਂ ਗੱਲਾਂ ਬਾਤਾਂ ਨੂੰ ਚੱਲ ਠੀਕ ਹੈ ਚੱਲ ਠੀਕ ਹੈ ਚੰਗਾ ਭਰਾਵਾ ਚੰਗਾ ਬਾਕੀ ਤੇਰੀ ਮਰਜ਼ੀ ਹੈ ਮੈਂ ਤਾਂ ਕੀ ਕਹਿਣਾ ਤੈਨੂੰ ਜ਼ਿਆਦਾ ਚੰਗਾ ਗੱਲ ਤਾਂ ਦਰਸ਼ਨ ਦੀ ਸਹੀ ਹੈ ਪਰ ਹੁਣ ਮੈਂ ਕੀ ਕਰਾਂ ਮੈਂ ਵੀ ਤਾਂ ਕਸੂਤਾ ਫਸ ਗਿਆ ਨਾ ਰੱਬ ਨੇ ਹਵਾ ਛੱਡ ਛੱਡੀ ਧੁੱਪ ਕੱਢੀ ਨਹੀਂ ਇੰਨੇ ਬੱਦਲ ਹੋ ਗਏ ਨੇ ਹੈ ਚਲ ਮਾੜੇ ਸੁੱਕ ਜਾਣਗੇ ਗੋਪੀ ਨੂੰ ਖਰੇ ਮੇਰੀ ਗੱਲ ਦਾ ਬੁਰਾ ਲੱਗਿਆ ਗੁੱਸਾ ਤਾਂ ਕੀਤਾ ਹੋਵੇ ਹਾਏ ਹਾਏ ਸਿਆਪਾ ਕਰਨਾ ਉੱਧਰ ਜਾ ਕੇ ਲਿਆਉਣੇ ਭੈਣੇ ਨੇ ਫਿਰ ਭਾਬੀ ਸਤਿ ਸ਼੍ਰੀ ਅਕਾਲ ਰਹੀ ਮੈਂ ਤੇਰੀ ਸਤਿ ਸ਼੍ਰੀ ਅਕਾਲ ਤੋਂ ਤੂੰ ਹੁਣ ਇੱਥੇ ਕੀ ਲੈਣ ਆਇਆ ਮੇਰੇ ਘਰ 'ਚੋਂ ਬਾਹਰ ਨਿਕਲ ਜਾ ਨਹੀਂ ਭਾਬੀ ਮੈਂ ਤਾਂ ਤੇਰੇ ਤੋਂ ਮਾਫ਼ੀ ਮੰਗਣ ਆਇਆ ਸੀ ਵੀ ਮੈਨੂੰ ਲੋੜ ਨਹੀਂ ਤੇਰੀਆਂ ਮਾਫ਼ੀਆਂ ਦੀ ਠੀਕ ਹੈ ਇੰਨੀਆਂ ਸਫਾਈਆਂ ਨਾ ਦੇ ਹੁਣ ਤੂੰ ਭਾਬੀ ਮੈਂ ਨਾ ਕੁਛ ਖਾਧੀ ਪੀਤੀ 'ਚ ਜ਼ਿਆਦਾ ਹੀ ਬੋਲ ਗਿਆ ਸੀ ਤੈਨੂੰ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਤੇਰਾ ਤਾਂ ਨਾ ਖਾਨਾ ਹੀ ਖਾਲੀ ਹੋ ਗਿਆ ਉਹ ਤਾਂ ਭਾਬੀ ਠੀਕ ਹੈ ਫਿਰ ਵੀ ਮੈਨੂੰ ਮਾਫ਼ ਕਰ ਦੇ ਤੂੰ ਮੈਂ ਕਹਿੰਦੀ ਵੀ ਤੂੰ ਜਾ ਨਹੀਂ ਭਾਬੀ ਐਂ ਨਾ ਕਰ ਮੈਨੂੰ ਮਾਫ਼ ਕਰ ਤੇ ਮੈਂ ਹੁਣ ਤੇਰਾ ਲਿਹਾਜ਼ ਨਹੀਂ ਕਰਾਂ ਮੈਂ ਤਾਂ ਹੁਣ ਢੂਕਣਾ ਤੋੜ ਦੇਣਾ ਤੈਨੂੰ ਪਤਾ ਤੂੰ ਕੀ ਬੋਲਿਆ ਸੀ ਤੂੰ ਕਹਿੰਦਾ ਸੀ ਵੀ ਮੇਰੇ ਨਾਲ ਵਿਆਹ ਕਰਾ ਕੇ ਘਰ ਵਸਾਉਣ ਦੀ ਸੋਚਦਾ ਸੀ ਸ਼ਰਮ ਨਹੀਂ ਆਉਂਦੀ ਭਾਬੀ ਮੈਂ ਵੀ ਐਂ ਸੋਚਦਾ ਸੀ ਨਾ ਕਿ ਤੂੰ ਵੀ ਇਕੱਲੀ ਹੈ ਅਤੇ ਮੈਂ ਵੀ ਇਕੱਲਾ ਵੀ ਚੱਲ ਤੈਨੂੰ ਸਹਾਰਾ ਮਿਲ ਜਾਏਗਾ ਮੇਰੀ ਰੋਟੀ ਪੱਕਦੀ ਹੋ ਜਾਊਗੀ ਅਗਲੇ ਹਾਂ ਕੀ ਬੋਲੀ ਜਾਣਾ ਮਰ ਜਾਣਾ ਫੇਰ ਤੂੰ ਚੋਰਿਓ ਮੇਰਾ ਜੀ ਤਾਂ ਕਰਦਾ ਤੇਰੇ ਜੁੱਤੀਆਂ ਨਾਲ ਨਾ ਤੇਰਾ ਸਿਰ ਗੰਜਾ ਕਰਦਿਆਂ ਚੱਲ ਭਾਬੀ ਮਾਫ਼ ਕਰ ਦੇ ਮੈਨੂੰ ਜਾ ਦਫਾ ਹੋ ਚੋਰੇ ਨੂੰ ਸ਼ਰਮ ਹੀ ਨਹੀਂ ਹੈਗੀ ਤੇਰਾ ਸੜੀ ਹੋਈ ਮੂੰਗਫਲੀ ਵਰਗਾ ਮੂੰਹ ਤੇਰਾ ਮਰਨੇ ਦਾ ਮੈਨੂੰ ਪਤਾ ਹੈ ਤੂੰ ਕਿਹੜੀ ਬੋਲੀ ਬੋਲਦੀ ਹੈ ਗੋਪੀ ਦੀ ਬੋਲੀ ਬੋਲਦੀ ਹੈ ਗੋਪੀ ਵਾਲਾ ਕੰਡਾ ਵੀ ਅੱਜ ਮੈਂ ਕੱਢ ਹੀ ਦਿੰਦਾ ਫਿਰ ਬਈ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਵੀਰੇ ਬਈ ਮੇਰਾ ਕਹਿਣ ਨੂੰ ਤਾਂ ਜੀ ਨਹੀਂ ਕਰਦਾ ਹੈਗਾ ਤੂੰ ਸਾਡੇ ਜਵਾਕਾਂ ਵਰਗੀ ਹੈ ਐਸੀ ਕਿਹੜੀ ਗੱਲ ਹੈ ਵੀਰੇ ਤੁਸੀਂ ਗੋਪੀ ਨੂੰ ਨਾ ਮਾੜਾ ਜਿਹਾ ਸਮਝਾ ਕੇ ਰੱਖੋ
ਕੀ ਮਤਲਬ? ਮਤਲਬ ਕੀ ਉਹ ਸਾਡੀ ਨਿੰਮੋ ਭਾਬੀ ਨਹੀਂ? ਹਾਂ ਉਹਦੇ ਘਰੇ ਜਾਂਦਾ। ਉਹਦੇ 'ਚ ਗਲਤ ਕੀ ਆ? ਫਿਰ ਕੀ ਹੋਇਆ? ਬਈ ਗਲਤ ਹੈਗਾ, ਮੈਂ ਜੇ ਤਾਂ ਹੀ ਕਹਿ ਰਿਹਾ, ਤੂੰ ਉਹਨੂੰ ਪੁੱਛੀ ਤਾਂ ਸਹੀ ਇੱਕ ਵਾਰੀ। ਤੂੰ ਕਹਿਣਾ ਕੀ ਚਾਹੁੰਦਾ? ਕਹਿਣਾ ਇਹੀ ਚਾਹੁੰਦਾ ਵੀ ਉਹਨੂੰ ਸਮਝਾ ਲਓ ਮਾੜਾ ਜਿਹਾ। ਗਲਤ ਗੋਪੀ ਨਹੀਂ, ਗਲਤ ਤੂੰ ਆ, ਨਜ਼ਰ ਤੇਰੀ ਮਾੜੀ ਆ ਉਹਦੀ ਨਹੀਂ। ਉਹ ਤਾਂ ਠੀਕ ਹੈ ਭਾਈ, ਉਹ ਤਾਂ ਚਲੋ ਸਾਡੇ ਘਰ ਦਾ ਮਾਮਲਾ ਹੈ, ਅਸੀਂ ਤਾਂ ਇੱਕ ਦੂਜੇ ਨਾਲ ਲੜਾਂਗੇ ਵੀੜਾਂਗੇ ਵੀ, ਪਰ ਫਿਰ ਵੀ ਗੋਪੀ ਨੂੰ ਸਮਝਾ ਕੇ ਰੱਖ। ਤੂੰ ਤੁਸੀਂ ਨਾ ਮੈਨੂੰ ਭੜਕਾਓ ਨਾ, ਮੇਰਾ ਗੋਪੀ ਐਵੇਂ ਦਾ ਨਹੀਂ ਆ। ਚਲੋ ਕੋਈ ਗੱਲ ਨਹੀਂ ਵੀ, ਮੈਂ ਤਾਂ ਤੈਨੂੰ ਦੱਸਣਾ ਸੀ, ਅੱਗੇ ਤੇਰੀ ਮਰਜ਼ੀ ਹੈ, ਅਤੇ ਬਾਕੀ ਤੈਨੂੰ ਆਪੇ ਸਾਰਾ ਪਤਾ ਲੱਗ ਜੂਗਾ। ਤੂੰ ਗੋਪੀ ਨੂੰ ਇੱਕ ਵਾਰੀ ਪੁੱਛ ਕੇ ਤਾਂ ਦੇਖੀ। ਕਿਤੇ ਸੱਚ ਤਾਂ ਨਹੀਂ ਕਹਿ ਰਿਹਾ? ਇਹ ਤਾਂ ਮੈਨੂੰ ਹੋਰ ਹੀ ਵਹਿਮ ਜਿਹਾ ਪਾ ਗਿਆ, ਪਤਾ ਨਹੀਂ ਸੱਚ ਆ ਕਿ ਝੂਠ ਆ। ਮੈਂ ਗੋਪੀ ਨੂੰ ਜਾ ਕੇ ਪੁੱਛਦੀ ਹਾਂ, ਉਸ ਤੋਂ ਹੀ ਗੱਲ ਪਤਾ ਲੱਗੂਗੀ। ਪਤਾ ਨਹੀਂ ਕਿੱਥੇ ਰਹਿ ਗਏ, ਅਜੇ ਤੱਕ ਨਹੀਂ ਆਏ। ਇੱਕ ਵਾਰੀ ਘਰ ਆ ਜਾਂਦੇ ਫਿਰ ਪੁੱਛੂ ਸਾਰੀ ਗੱਲ। ਸੁੱਖ ਕੀ ਬਣਾ ਰਹੀ ਹੈ? ਛੋਲੇ ਬਣਾ ਲੈ ਬਣਾ ਲੈ, ਭੁੱਖ ਬਹੁਤ ਲੱਗੀ ਹੈ ਯਾਰ, ਮੈਂ ਰੋਟੀ ਖਾਣੀ, ਜਲਦੀ ਜਲਦੀ ਬਣਾ। ਕੀ ਹੋ ਗਿਆ, ਤੂੰ ਅੱਖਾਂ ਜੀ ਕੱਢ ਰਹੀ ਮੇਰੇ ਕਨੀ? ਮੈਂ ਜੋ ਪੁੱਛੂਗੀ ਨਾ ਉਹਦਾ ਮੈਨੂੰ ਸਹੀ ਸਹੀ ਜਵਾਬ ਦਿਓ ਤੁਸੀਂ। ਤੁਹਾਨੂੰ ਮੇਰੀ ਸਮਝ, ਮੈਨੂੰ ਝੂਠ ਬੋਲਿਆ, ਮਰੀ ਤਾਂ ਮੂੰਹ ਦੇਖੋ ਤੁਸੀਂ ਮੇਰਾ। ਸੁੱਖ ਗੱਲ ਕੀ ਹੋਈ ਆ, ਤੂੰ ਕੀ ਕਹਿ ਰਹੀ ਆ? ਤੂੰ ਮੈਨੂੰ ਸਮਝ ਨਹੀਂ ਆ ਰਹੀ ਕੁਝ ਵੀ, ਐਵੇਂ ਕਿਉਂ ਬੋਲ ਰਹੀ ਆ ਯਾਰ? ਮੈਨੂੰ ਸੱਚ ਸੱਚ ਦੱਸੋ, ਤੁਹਾਡਾ ਤੇ ਨਿੰਮੋ ਦਾ ਕੀ ਰਿਸ਼ਤਾ ਹੈ? ਨਿੰਮੋ ਤੇ ਮੇਰਾ, ਉਹ ਮੇਰੀ ਭਾਬੀ ਹੈ, ਤੈਨੂੰ ਪਤਾ ਤਾਂ ਹੈ, ਉਹ ਮੇਰੇ ਦੋਸਤ ਦੀ ਘਰ ਵਾਲੀ ਹੈ, ਤੇ ਫਿਰ ਉਹ ਮੇਰੀ ਭਾਬੀ ਲੱਗੀ ਨਾ। ਮੈਨੂੰ ਸਾਰਾ ਕੁਛ ਪਤਾ ਲੱਗ ਗਿਆ। ਕੀ ਪਤਾ ਲੱਗ ਗਿਆ ਤੈਨੂੰ? ਕੀ ਤੁਹਾਡਾ ਉਹਦੇ ਨਾਲ ਰਿਲੇਸ਼ਨ ਹੈ? ਪਾਗਲ ਹੋ ਗਈ ਹੈ ਤੂੰ? ਫਿਰ ਹੋਰ ਕੀ ਗੱਲ ਆ? ਸੁੱਖ ਤੂੰ ਕੀ ਸੋਚ ਰਹੀ ਹੈ, ਐਵੇਂ ਦੀ ਕੋਈ ਗੱਲ ਨਹੀਂ ਹੈਗੀ, ਤੇਰੀ ਸੌਣ ਲੱਗੇ ਯਾਰ। ਫਿਰ ਗੱਲ ਕੀ ਹੈ? ਫਿਰ ਸੁੱਖ ਐਵੇਂ ਦੀ ਗੱਲ ਕੋਈ ਨਹੀਂ ਹੈਗੀ, ਤੂੰ ਮੈਨੂੰ ਸਮਝ। ਮੈਨੂੰ ਸਾਰੀ ਗੱਲ ਸਾਫ ਸਾਫ ਦੱਸੋ। ਜੇ ਤੂੰ ਮੇਰੇ ਤੋਂ ਗੱਲ ਸੁਣਨਾ ਚਾਹੁੰਦੀ ਹੈ, ਸੁਣ ਫਿਰ। ਇੱਕ ਦਿਨ ਅਸੀਂ, ਨਿੰਬੂ ਦਾ ਘਰ ਵਾਲਾ ਅਤੇ ਮੈਂ, ਅਸੀਂ ਦੋਵੇਂ ਮੋਟਰ 'ਤੇ ਪੈਗ ਲਾ ਰਹੇ ਸੀ ਅਤੇ ਬਾਹਲੀ ਦਾਰੂ ਪੀਤੀ ਹੋਈ ਸੀ, ਅਤੇ ਮੈਂ ਹੀ ਉਹਨੂੰ ਕਿਹਾ ਸੀ ਕਿ ਜਾ ਕੇ ਹੋਰ ਦਾਰੂ ਲੈ ਕੇ ਆ, ਅਤੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਉਹਦਾ ਐਕਸੀਡੈਂਟ ਹੋ ਗਿਆ। ਉਸ ਦਿਨ ਦਾ ਮੈਨੂੰ 5 ਸਾਲ ਹੋ ਗਏ, ਮੈਂ ਦਿਲ 'ਚ ਹੀ ਇਹ ਦੱਬ ਕੇ ਤੁਰਿਆ ਫਿਰਦਾ ਕਿ ਉਹਦੀ ਮੌਤ ਦਾ ਜ਼ਿੰਮੇਵਾਰ ਮੈਂ ਹਾਂ। ਆ ਕੀ ਕਹਿ ਰਹੇ ਹੋ ਤੁਸੀਂ? ਸੱਚ ਹੈ ਸੁੱਖ, ਉਹਦੇ ਘਰ ਵਾਲੇ ਦੀ ਮੌਤ ਮੇਰੇ ਕਰਕੇ ਹੋਈ ਹੈ, ਤਾਂ ਕਰਕੇ ਮੈਨੂੰ ਨਿੰਮੋ ਭਾਬੀ ਦਾ ਸਾਥ ਦੇਣਾ ਪੈਂਦਾ, ਅਤੇ ਨਿੰਮੋ ਭਾਬੀ ਨੂੰ ਵੀ ਅੱਜ ਤੱਕ ਪਤਾ ਨਹੀਂ ਇਹ ਗੱਲ, ਅਤੇ ਜੇ ਉਹਨੂੰ ਪਤਾ ਲੱਗ ਗਈ, ਤੂੰ ਸੋਚ ਉਹਦੇ ਦਿਲ 'ਤੇ ਕੀ ਬੀਤੇਗੀ, ਉਹ ਤਾਂ ਪਹਿਲੇ ਦੁੱਖਾਂ ਦੇ ਵਿੱਚ ਹੈ। ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਗਲਤ ਸਮਝਦੀ ਰਹੀ, ਮੈਂ ਵੀ ਨਜਾਇਜ਼ ਸ਼ੱਕ ਕਰ ਬੈਠੀ ਲੋਕਾਂ ਦੀਆਂ ਗੱਲਾਂ 'ਚ ਆ ਕੇ ਤੁਹਾਡੇ 'ਚ। ਸੁੱਖ ਤੇਰੀ ਸੌਂ ਲੱਗੇ, ਮੇਰਾ ਅਤੇ ਉਹਦਾ ਰਿਸ਼ਤਾ ਸਿਰਫ ਭਾਬੀ ਅਤੇ ਦਿਓਰ ਦਾ ਹੈ, ਉਹ ਮੇਰਾ ਦੋਸਤ ਸੀ, ਲੋਕ ਜੋ ਮਰਜ਼ੀ ਸੋਚੀ ਜਾਣ, ਮੈਂ ਇੱਕ ਉਹਦੀ ਹੈਲਪ ਕਰਦਾ ਅਤੇ ਮੈਂ ਉਹ ਤੋਂ ਪਿੱਛੇ ਨਹੀਂ ਹਟ ਸਕਦਾ ਕਦੇ ਵੀ। ਜੇ ਤੈਨੂੰ ਲੱਗਦਾ ਕਿ ਮੈਂ ਗਲਤ ਹਾਂ ਤਾਂ ਮੈਂ ਕਦੇ ਵੀ ਉਹਦੇ ਘਰ ਨਹੀਂ ਜਾਵਾਂਗਾ ਅਤੇ ਕਦੇ ਵੀ ਉਹਦਾ ਮੂੰਹ ਨਹੀਂ ਦੇਖਾਂਗਾ। ਨਹੀਂ, ਉਹਨਾਂ ਨੂੰ ਆਪਣੀ ਲੋੜ ਆ,
गलती तुहाडे तों होई है ना तां हरजाना भी भरना पऊगा। मैनू माफ कर दी सुख, मैं तेरे तों बहुत वड्डी गल लुकोई है। 5 साल हो गए मैनू मरदे नूं, एक एक पल मरिया जदों भी मैनू याद आउंदा ना मेरी अखां दे सामने आ जांदा कि ओह मेरे करके मरिया। दस निम्मो भाभी दा साथ मैं किवें छड्ड सकदा, तू ही दस दे। अज तों बाद मैं तुहानूं कदी नहीं रोकदी। लोकां दे की आ, लोक तां भौंकदे रहिंदे आ। तैनूं किन्ने किहा? बस मैनूं इदां ही गल पता लग गई किसी तों। लोकां ते यकीन ना करिया कर, तैनूं अपने गोपी ते पूरा भी यकीन नहीं? यकीन हैगा पर मैं बैक गई सी, लोकां दी गल्लां च आ गई सी। चल ठीक है सुख, हुण मेरा मूड नहीं ठीक, मैं सौण लग्गा यार। चल सौ जा, तुसीं रैसट करो। ठीक है। ये रब्बा किन्नी वड्डी गलती होगी मेरे तो, मैं आप तो ही घर खराब करन लग गई सी लोकां पिछे लग के। ये की हो चलिया सी मेरे तो, जे गोपी मैनूं सारी गल ना दसदा पता नहीं मैं की कर बैठना सी। शुक्र है रब का, टाइम रेंदे मैनूं सारी गल पता लग गई।